ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ। ਅਤੇ ਗੱਲ ਕਰ ਲੈਂਦੇ ਹਾਂ ਜੀ ETT 364 ਦੀ, ਜਿਹੜੀ ਅੱਜ ਕੋਰਟ ਕੇਸ ਦੀ ਜਿਹੜੀ ਆ ਹੇਅਰਿੰਗਸ ਜੀ। ਸੋ 4 ਵਜੇ ਸ਼ਾਮ ਨੂੰ ਜਿਹੜਾ ਆ ਇਹ ਕੇਸ ਦੀ ਆਪਣੀ ਜਿਹੜੀ ਸੁਣਵਾਈ ਹੋਈ ਅਤੇ ਮੁੱਕਦੀ ਗੱਲ ਕਿ ਅਗਲੀ ਡੇਟ ਪੈ ਗਈ ਹੈ ਜੀ ਕੱਲ੍ਹ ਤੋਂ, ਹੁਣ ਅਤੇ 29 ਤਰੀਕ ਇੱਥੇ ਦੇ ਦਿੱਤੀ ਗਈ ਹੈ। ਸੋ ਜ਼ਿਆਦਾ ਅੱਗੇ ਡੇਟ ਨਹੀਂ ਪਾਈ ਜਾ ਰਹੀ। ਸੋ ਕਾਫੀ ਸੰਭਾਵਨਾਵਾਂ ਨੇ ਜੀ ਕਿ ਹੁਣ ਇਹਦਾ ਕੋਈ ਫੈਸਲਾ ਜਿਹੜਾ ਹੋਏ ਹੁਣ ਜਲਦੀ ਵੇਖਣ ਨੂੰ ਮਿਲੇਗਾ। ਸੋ ਕੱਲ੍ਹ 'ਤੇ ਜਿਹੜੀ ਆ ਡੇਟ ਪੈ ਗਈ ਹੈ ਜੀ, ਅਤੇ ਕੱਲ੍ਹ ਨੂੰ ਜੋ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਇੱਕ ਹੋਰ ਅਪਡੇਟ ਕਿ 31 ਤਰੀਕ ਨੂੰ ਜਿਹੜਾ ਹੈ ETT ਯੂਨੀਅਨ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਖਰੜ ਦੇ ਵਿੱਚ ਜਿਹੜਾ ਹੈ CM ਸਾਹਿਬ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਇੱਥੇ ਕੀਤਾ ਗਿਆ ਜੀ ETT ਯੂਨੀਅਨ ਵੱਲੋਂ। ਸੋ ਵੱਧ ਤੋਂ ਵੱਧ ਜਿਹੜਾ ਹੈ ਯੂਨੀਅਨ ਦਾ ਸਾਥ ਦਿੱਤਾ ਜਾਵੇ ਜੀ, ਤਾਂ ਹੀ ਇਹ ਜਿਹੜੀ ਭਰਤੀਆਂ ਨੇ ਪੂਰੀਆਂ ਹੋਣਗੀਆਂ। ਸੋ ਕੇਸ ਦੀ ਗੱਲ ਕਰੀਏ ਜੀ, ਕੱਲ੍ਹ ਦੀ ਡੇਟ ਇੱਥੇ ਪੈ ਗਈ ਹੈ। ਸੋ ਇਹ ਅਪਡੇਟ ਤੁਹਾਨੂੰ ਦੇਣੀ ਸੀ। ਥੈਂਕ ਯੂ ਜੀ ਵੀਡੀਓ ਨੂੰ ਵੇਖਣ ਦੇ ਲਈ।